ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਤੀਰਥ ਸਿੰਘ, ਪਿਨੈਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਿਟਡ ਤੋਂ, ਅਤੇ ਮੈਂ ਆਸ ਕਰਦਾ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਡੀਅਰ, ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਆ AIP ਅਤੇ ਕਲੈਰਿਟੀ ਨੂੰ ਲੈ ਕੇ, ਨਵੇਂ ਸਟੂਡੈਂਟਸ ਜਿਹੜੇ ਹਜੇ ਵੇਟ ਕਰ ਰਹੇ ਆ, ਜਿਨ੍ਹਾਂ ਨੇ ਹਜੇ ਅਪਲਾਈ ਕਰਨਾ, ਅਤੇ ਵੀਡੀਓ ਬਹੁਤ ਜ਼ਰੂਰੀ ਆ ਜਿਨ੍ਹਾਂ ਦੀ ਫਾਈਲ ਲੌਜ ਹੋ ਚੁੱਕੀ ਹੈ, ਅਤੇ ਜਾਂ ਜਿਹੜੇ ਹਜੇ ਟਰੈਂਡ ਦੀ ਵੇਟ ਕਰ ਰਹੇ ਆ ਕਿ ਆਉਣ ਵਾਲਾ ਟਰੈਂਡ ਕਿੱਦਾਂ ਦਾ ਹੋਊਗਾ, ਕਿ ਅਸੀਂ ਤਾਂ ਹੀ ਆਪਣੀ ਫਾਈਲ ਲੌਜ ਕਰੀਏ। ਸੋ ਸਭ ਤੋਂ ਪਹਿਲਾਂ ਤਾਂ ਡੀਅਰ, ਮੈਂ AIP ਅਤੇ ਕਲੈਰਿਟੀ ਦੇਣੀ ਚਾਹੂੰਗਾ ਕਿ ਨੋ ਡਾਊਟ ਪਿਛਲੇ 2-3 ਦਿਨ ਤੋਂ ਜਿਹੜੀਆਂ AIPs ਬਹੁਤ ਤੇਜ਼ ਹੋਈਆਂ, AIPs ਕਾਫੀ ਬੱਚਿਆਂ ਨੂੰ ਆ ਰਹੀਆਂ, ਅਤੇ ਮੈਂ ਦੱਸਣਾ ਚਾਹੂੰਗਾ ਕਿੰਨਾ ਬੱਚਿਆਂ ਨੂੰ ਆ ਰਹੀਆਂ ਡੀਏ, ਜਿਹੜੀਆਂ ਹੁਣ ਨਵੀਆਂ ਫਾਈਲਸ ਲੌਜ ਹੋਈਆਂ ਸੀਗੀਆਂ, ਫਰੈਸ਼ ਫਾਈਲਸ ਲੌਜ ਹੋਈਆਂ ਸੀਗੀਆਂ, ਉਹਨਾਂ ਨੂੰ ਡੀਅਰ AIPs ਆ ਰਹੀਆਂ, ਅਤੇ AIP ਨੂੰ ਡੀਅਰ ਸਮਝਣ ਦੀ ਲੋੜ ਆ, ਕਿਉਂਕਿ ਬਹੁਤ ਬੱਚੇ ਸਾਨੂੰ ਮੈਸੇਜ ਕਰ ਰਹੇ ਆ ਨੈਗੇਟਿਵ ਹੋ ਰਹੇ ਆ ਬੱਚੇ, ਬਟ ਮੈਂ ਬੱਚਿਆਂ ਨੂੰ ਕਹੂੰਗਾ ਡੀਅਰ ਪੋਜ਼ੀਟਿਵ ਰਹਿਣਾ। ਇਹ ਜਿਹੜੀਆਂ ਹੁਣ ਮੈਂ ਜਿੰਨੀਆਂ ਸਾਡੀਆਂ ਕਿ AIPs ਆਈਆਂ ਕਾਫੀ ਵੱਡੇ ਨੰਬਰ 'ਤੇ, ਮੈਂ ਉਹਨਾਂ ਨੂੰ ਕਹਿ ਰਿਹਾ ਡੀਅਰ ਸਾਡੀਆਂ AIPs ਉਹ ਆਈਆਂ ਜਿਹੜੀਆਂ ਅਸੀਂ ਅਕਤੂਬਰ ਨਵੰਬਰ ਦੇ ਵਿੱਚ ਜਿਹੜੀਆਂ ਸਾਡੀਆਂ ਫਾਈਲਸ ਲੌਂਚ ਹੋਈਆਂ, ਸਾਨੂੰ ਉਹਨਾਂ 'ਤੇ AIPs ਮਿਲੀਆਂ, ਚਾਹੇ ਕੰਪਲੀਟ ਸੀ ਚਾਹੇ ਇਨਕੰਪਲੀਟ ਸੀ। ਇਨਕੰਪਲੀਟ ਮੈਂ ਥੋੜ੍ਹੇ ਜਿਹੀਆਂ ਬੱਚਿਆਂ ਦੀਆਂ ਬਾਇਓਮੈਟ੍ਰਿਕਸ ਪੈਂਡਿੰਗ ਸੀ, ਉਹਨਾਂ ਨੂੰ ਵੀ AIPs ਆਈਆਂ, ਅਤੇ ਡੀਅਰ ਮੈਂ ਇਹਨੂੰ ਐਜ਼ ਏ ਪੋਜ਼ੀਟਿਵ ਟ੍ਰੈਂਡ ਦੇਖ ਰਿਹਾ। ਰੀਜ਼ਨ ਮੈਂ ਤਾਂ ਦੇਖ ਰਿਹਾ ਕਿਉਂਕਿ ਕਹਿੰਦੇ ਨਾ, ਜਿਹੜੀ ਚੀਜ਼ ਜਿਹਨੂੰ ਮਿਲੀ ਹੋਵੇ ਉਹਨੂੰ ਉਹਦੀ ਕਦਰ ਘੱਟ ਹੁੰਦੀ ਆ ਸਮ ਟਾਈਮ, ਕਿਉਂਕਿ ਬੱਚਿਆਂ ਨੂੰ, ਬਟ ਉਹਨਾਂ ਬੱਚਿਆਂ ਨੂੰ ਪੁੱਛ ਕੇ ਦੇਖੋ ਜਿਹਨਾਂ ਦੀਆਂ, ਕਿਉਂਕਿ ਬਹੁਤ ਸਾਰੇ ਸਟੂਡੈਂਟ ਇੱਦਾਂ ਦੇ ਸੀਗੇ ਜਿਹੜੇ ਡੀਅਰ ਸਾਡੇ ਮਤਲਬ ਤੁਸੀਂ ਸਾਡੀਆਂ ਸਰਵਿਸਿਸ ਲਈਆਂ, ਸਾਡੇ ਕੋਲ ਹੋਰ ਬਾਹਰੋਂ ਵੀ ਜਿਹੜੇ ਰਿਫਿਊਜ਼ ਹੋਏ ਹੋਏ ਸੀਗੇ, ਜਿਨ੍ਹਾਂ ਦੀਆਂ AIP ਦੇ ਇੱਕ ਫੁੱਲ ਫਲੋ ਦੇ ਵਿੱਚ ਬੱਚਿਆਂ ਦੀਆਂ ਰਿਫਿਊਜ਼ਲਸ ਆਈਆਂ ਸੀਗੀਆਂ, ਡੀਅਰ ਜਦੋਂ ਅਸੀਂ ਉਹਨਾਂ ਦੇ ਇੰਸਟੀਟਿਊਟ ਚੇਂਜ ਕੀਤੇ, ਆਪਣੇ ਵੱਲੋਂ ਮਿਹਨਤ ਕਰਕੇ ਅਸੀਂ ਫਾਈਲ ਲਾਈ ਆ ਪਰਮਾਤਮਾ ਦੀ ਕਿਰਪਾ ਨਾਲ, ਡੀਅਰ ਉਹਨਾਂ ਬੱਚਿਆਂ ਨੂੰ ਜਦੋਂ AIP ਰਿਸੀਵ ਹੋਈਆਂ, ਸੋ ਉਹਨਾਂ ਦੀ ਖੁਸ਼ੀ ਦਾ ਅੰਦਾਜ਼ਾ ਤੁਹਾਨੂੰ ਬੱਚੇ ਹੀ ਆਪ ਦੱਸ ਸਕਣਗੇ ਕਿ ਉਹਨਾਂ ਲਈ AIP ਕਿੰਨੀ ਇੰਪੋਰਟੈਂਟ ਆ। ਅਤੇ ਡੀਅਰ AIP ਕਿਉਂ ਆ ਰਹੀ ਆ, AIP ਬਾਰੇ ਵੀ ਇੱਕ ਮੈਂ ਦੱਸਣਾ ਚਾਹੂੰਗਾ ਡੀਅਰ, ਅਪਰੂਵਲ ਐਂਡ ਪ੍ਰਿੰਸੀਪਲ, ਕਿਉਂਕਿ ਬੱਚਿਆਂ ਨੇ ਅੱਜ ਜਿਹੜੇ ਹੁਣ ਹੋਰ ਇਹਨੂੰ ਬਹੁਤ ਨਾਮ ਦੇ ਦਿੱਤੇ ਆ, ਬਟ ਡੀਅਰ ਇਹ ਤਾਂ ਵਾ ਕਿ ਜਿਹੜੇ ਬੱਚੇ ਔਨਲਾਈਨ ਪੜ੍ਹ ਰਹੇ ਆ ਉਹਨਾਂ ਨੂੰ ਇੱਕ ਹੌਸਲਾ ਮਿਲ ਸਕੇ ਕਿ ਉਹਨਾਂ ਦੀ ਫਾਈਲ ਜਿਹੜੀ ਕਿ ਪੋਜ਼ੀਟਿਵ ਟ੍ਰੈਂਡ ਦੇ ਵਿੱਚ ਦੇਖੀ ਗਈ ਆ, ਅਤੇ ਆਉਣ ਵਾਲੇ ਟਾਈਮ ਦੇ ਵਿੱਚ ਕਿ ਹਾਂ ਉਹਨਾਂ ਦੀ ਫਾਈਲ ਥਰੂ ਹੋ ਸਕਦੀ ਹੈ ਐਡਮਿਸਿਬਿਲਿਟੀ ਫੈਕਟਰ ਦੇ ਕੇ। ਅਤੇ ਇੱਕ ਮੈਂ ਇੱਥੇ ਹੋਰ ਕਲੈਰਿਟੀ ਦੇ ਦਾਂ ਡੀਅਰ, ਬੱਚਿਆਂ ਨੂੰ ਮਨ ਦੇ ਵਿੱਚ ਡਾਊਟ ਵੀ ਆ, ਸਵੇਰੇ ਵੀ ਬੱਚਿਆਂ ਨੇ ਸਾਡੇ ਨਾਲ ਲਾਈਵ ਸ਼ੋਅ ਦੇ ਵਿੱਚ ਪੁੱਛਿਆ ਕਿ ਸਰ AIP ਆਉਂਦੇ ਨੂੰ ਖੁਸ਼ੀ, ਕਿਉਂਕਿ AI ਤੋਂ ਬਾਅਦ ਰਿਫਿਊਜ਼ਲਸ ਵੀ ਹੁੰਦੀਆਂ। ਅਤੇ ਡੀਅਰ ਮੈਂ ਉਹਨਾਂ ਬੱਚਿਆਂ ਨੂੰ ਕਹੂੰਗਾ, ਹਮੇਸ਼ਾ ਕਹਿੰਦੇ ਹੁੰਦੇ ਨਾ ਉਸ ਬੰਦੇ ਨੂੰ ਫੋਲੋ ਕਰੋ ਜਾਂ ਉਸ ਬੰਦੇ ਦੀ ਐਡਵਾਈਸ ਨੂੰ ਕਰੋ, ਕਿਉਂਕਿ ਡੀਅਰ ਇਸ ਸ਼ੋਅ ਦੇ ਵਿੱਚ ਜਦੋਂ ਤੁਸੀਂ ਸਾਡੇ ਨਾਲ ਜੁੜਦੇ ਆ, ਆਪਾਂ ਬੱਚੇ ਕੌਣ ਸਾਡੇ ਨਾਲ ਜ਼ਿਆਦਾ ਜੁੜੇ, ਜਿਹੜੇ ਹਜੇ ਰਿਜ਼ਲਟ ਸੀ ਵੇਟ ਕਰਦੇ ਆ, ਜਿੱਦਾਂ ਜਿੱਦਾਂ ਬੱਚੇ ਦਾ ਰਿਜ਼ਲਟ ਆ ਰਿਹਾ ਉਹ ਆਪਣੇ ਨੈਕਸਟ ਲੈਵਲ 'ਤੇ, ਆਪਣੇ ਹੋਰ ਕੰਮਾਂ ਦੇ ਵਿੱਚ, ਆਪਣੀ ਲਾਈਫ ਦੇ ਨਵੇਂ ਚੈਲੇਂਜਸ ਵਿੱਚ ਬਿਜ਼ੀ ਹੋ ਰਿਹਾ, ਸੋ ਉਹ ਬੱਚੇ ਸਾਨੂੰ ਨਾਲ ਦੀ ਨਾਲ ਸਾਡਾ ਸਾਥ ਛੱਡਦੇ ਜਾ ਰਹੇ ਆ। ਸੋ ਡੀਅਰ ਮੈਂ ਇੱਕ ਦੱਸਣਾ ਚਾਹੂੰਗਾ, ਜੇ ਮੈਂ ਰਿਫਿਊਜ਼ਲਸ ਦੀ ਗੱਲ ਕਰੀ AIP ਦੇ ਬਾਅਦ, ਸੋ ਡੀਅਰ 1-2% ਦੀ ਰਿਫਿਊਜ਼ਲਸ ਆ, ਜ਼ਿਆਦਾ ਨਹੀਂ ਹੈਗੀ। ਬੱਚਿਆਂ ਨੂੰ ਪਾਸਪੋਰਟ ਵਰਗਾ ਬਹੁਤ ਵੱਡੇ ਨੰਬਰਸ ਆਈਆਂ, ਬੱਚੇ ਚਲੇ ਵੀ ਗਏ, ਅਤੇ ਬਹੁਤ ਸਾਰੇ ਬੱਚੇ ਜਿਹੜੇ ਵੇਟ ਕਰਦੇ ਡੀਅਰ ਆਉਣ ਵਾਲੇ ਟਾਈਮ 'ਚ ਤੁਹਾਨੂੰ ਵੀ ਇਹ ਪਾਸਪੋਰਟ ਕਿਸੇ ਟਾਈਮ ਵੀ ਆ ਸਕਦੀਆਂ, ਕਿਉਂਕਿ ਜਿਹੜੇ ਪਿਛਲੇ ਕਈ ਟਾਈਮ 'ਚ ਅਸੀਂ ਦੇਖਿਆ ਗਿਆ ਜਦੋਂ ਕੈਨੇਡਾ ਰਿਫਿਊਜ਼ਲ ਦਿੰਦਾ 2-3 ਦਿਨ ਫਿਰ ਰਿਫਿਊਜ਼ਲਸ, ਫਿਰ ਪਾਸਪੋਰਟ ਰਿਕੁਆਇਸਟ, ਹੁਣ ਤਾਂ ਸਿੱਧੀ ਗੱਲ ਡੀਅਰ AIP ਉਹਨਾਂ ਬੱਚਿਆਂ ਨੂੰ ਤਾਂ ਫੋਕਸ ਉੱਥੇ ਕਰ ਰਿਹਾ, ਥੋੜ੍ਹੇ ਦਿਨਾਂ 'ਚ ਪਾਸਪੋਰਟ ਰਿਕੁਆਇਸ ਸਲੋ ਜ਼ਰੂਰ ਆ। ਰੀਜ਼ਨ ਇਹ ਆ ਹੁਣ ਫੋਕਸ ਕਰੇ ਡੀਅਰ AIP, ਕਿਉਂਕਿ ਇਹ AIP ਸਿਰਫ ਉਹਨਾਂ ਬੱਚਿਆਂ ਜਿਹੜੇ ਜਨਵਰੀ ਇਨਟੇਕ ਸੀਗੇ, ਜਿਹੜਾ ਦੀ ਮੈਂ ਆਪਣੀ ਟ੍ਰੈਂਡ ਦੀ ਇੱਕ ਗੱਲ ਕਰ ਰਿਹਾ, ਇਹ ਬੱਚਿਆਂ ਨੂੰ ਉਹਨਾਂ ਨੂੰ AIPs ਜਿਹੜੇ ਆ ਰਹੇ ਆ। ਸੋ ਕਿਤੇ ਨਾ ਕਿਤੇ ਜਿਹਨੇ ਬੱਚਿਆਂ ਨੂੰ ਰਿਫਿਊਜ਼ਲ ਤੋਂ ਬਾਅਦ AIP ਮਿਲੀਆਂ, ਸੋ ਵੈਰੀ ਗੁੱਡ ਨਿਊਜ਼। ਸਿਰਫ ਹਰ ਬੱਚੇ ਨੂੰ ਮੈਂ ਕਹੂੰਗਾ ਸਬਰ ਬਣਾਈ ਰੱਖੋ ਡੀਅਰ, ਕੋਈ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ। ਇਹ ਚੀਜ਼ ਮੈਂ ਤਾਂ ਕਹਿ ਰਿਹਾ, ਮੇਰਾ ਇਹ ਮੰਨਣਾ ਡੀਅਰ ਕਹਿੰਦੇ ਨਾ ਰਿਜ਼ਲਟ ਚਾਹੇ ਥੋੜ੍ਹਾ ਲੇਟ ਵੀ ਆ ਜਾਵੇ, ਪਰ ਰਿਜ਼ਲਟ ਤੁਹਾਡੇ ਫੇਵਰ ਦੇ ਵਿੱਚ ਆਉਣਾ ਚਾਹੀਦਾ, ਸੋ ਮੀਨਸ ਹਰ ਚੀਜ਼ ਕੰਪਨਸੇਟ ਹੋ ਜਾਂਦੀ ਆ। ਅਤੇ ਕਾਫੀ ਬੱਚੇ ਅੱਜ ਦੀ ਡੇਟ 'ਚ ਨਾ ਥੋੜ੍ਹੇ ਨੈਗੇਟਿਵ ਵੀ ਹੋ ਰਹੇ ਕੈਨੇਡਾ ਵਾਲੇ ਖਿਲਾਫ ਕਰ ਰਹੇ, ਪਰ ਡੀਅਰ ਮੈਂ ਤਾਂ ਇੱਕ ਹੋਰ ਬੱਚਿਆਂ ਨੂੰ ਐਡਵਾਈਸ ਦੇਣਾ ਚਾਹੂੰਗਾ, ਕਿਉਂਕਿ ਕਈ ਬੱਚੇ ਸਾਨੂੰ ਵੀ ਕਹਿ ਰਹੇ ਸਰ ਤੁਸੀਂ ਨਿਊ ਐਡਮਿਸ਼ਨਸ ਨੂੰ ਪ੍ਰਮੋਟ ਕਿਉਂ ਕਰ ਰਹੇ ਹਾਂ, ਵਾਏ, ਕਿਉਂਕਿ ਪਿਛਲੇ ਬੱਚੇ ਤਾਂ ਨਿਕਲੇ ਨਹੀਂ। ਸੋ ਡੀਅਰ ਮੈਂ ਡੈਫੀਨੇਟਲੀ ਅੱਜ ਲਾਈਵ ਸ਼ੋਅ 'ਚ ਕਹਿੰਦਾ, ਮੈਂ ਡੈਫੀਨੇਟਲੀ ਅਸੀਂ ਨਵੇਂ ਬੱਚਿਆਂ ਨੂੰ ਪ੍ਰਮੋਟ ਤਾਂ ਕਰੇ ਨਵੀਆਂ ਐਡਮਿਸ਼ਨਸ ਨੂੰ, ਕਿਉਂਕਿ ਮੈਂ ਤਾਂ ਹਰ ਬੱਚੇ ਨੂੰ ਕਹੂੰਗਾ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਜਾਂ ਜਿਨ੍ਹਾਂ ਨੇ ਹਜੇ ਅਪਲਾਈ ਕਰਨਾ ਉਹ ਟ੍ਰੈਂਡ ਦੀ ਵੇਟ ਕਰ ਰਹੇ ਆ, ਡੀਅਰ ਆਪਣੇ ਆਪ ਨੂੰ ਇਹ ਸਵਾਲ ਪੁੱਛ ਕੇ ਬੈਠੋ, ਜੇ ਤੁਹਾਡੇ ਕੋਲ ਆਪਸ਼ਨ ਹੋਵੇ ਕਿ ਤੁਸੀਂ 6 ਮਹੀਨੇ ਬਾਅਦ ਉੱਥੇ ਤੁਹਾਨੂੰ ਤੁਸੀਂ ਉੱਥੇ ਟਰੈਵਲ ਕਰ ਜਾਓਗੇ ਜਾਂ ਨੈਗੇਟਿਵ ਰਿਜ਼ਲਟ ਹੋਵੇ ਜਾਂ ਤੁਹਾਨੂੰ ਐਂਟਰੀ ਨਹੀਂ ਦੇਣਗੇ, ਡੀਅਰ ਤੁਸੀਂ ਕਿਹੜਾ ਰਾਸਤਾ ਚੂਜ਼ ਕਰੋਗੇ? ਓਬਵੀਅਸ ਡੀਅਰ, ਮੈਨੂੰ ਇੱਦਾਂ ਲੱਗਦਾ ਹਰ ਬੱਚਾ ਹੀ ਕਹੂਗਾ ਕੋਈ ਗੱਲ ਨਹੀਂ, ਵੀ ਵਿਲ ਵੇਟ ਫੋਰ ਦੈਟ, ਅਸੀਂ 6 ਮਹੀਨੇ ਬਾਅਦ ਜਾਵਾਂਗੇ। ਡੀਅਰ ਜਿਹੜਾ ਸਿਸਟਮ ਹੋਇਆ ਕਿਸੇ ਦੇ ਹੱਥ ਬਸ ਨਹੀਂ ਸੀਗਾ, ਪੰਡੈਮਿਕ ਸਿਚੁਏਸ਼ਨ ਹੈ, ਜਾਣ ਬੁੱਝ ਕੇ ਨਹੀਂ, ਇਹੋ ਹੀ ਕੈਨੇਡਾ ਜਿਹੜਾ 15-20 ਦਿਨਾਂ 'ਚ ਬੱਚੇ ਦੇ ਰਿਹਾ, ਸੋ ਬਟ ਸਾਨੂੰ ਇਹ ਤੋਂ ਅੰਦਾਜ਼ਾ ਲਾਉਣਾ ਚਾਹੀਦਾ ਡੀਅਰ। ਬਟ ਇਸ ਲੋਕਡਾਊਨ ਦੇ ਵਿੱਚ ਵੀ ਉਹਨਾਂ ਨੇ ਜਿਹੜੇ ਬੱਚੇ ਆਲਰੇਡੀ ਉੱਥੇ ਟਰੈਵਲ ਕਰ ਚੁੱਕੇ ਸੀ ਜਾਂ ਵਰਕ ਪਰਮਿਟ ਸੀ, ਉਹਨਾਂ ਨੇ ਕਿੰਨੀ ਫੈਸਿਲਿਟੀ ਦਿੱਤੀ, ਈਵਨ ਕਿ ਇੱਕ ਦੇਖੋ ਉਹਨਾਂ ਨੇ ਇੱਕ ਸਾਲ
तो इसलिए ये चीज़ा कर रहे तो मीन जी ये तो आप कंकलूजन क्ढ़ी है देखो अपने जो ऑलरेडी बंदे गए तो उन्होंने उन्होंने प्रेफरेंस दी क्योंकि हर वैबीनार उन्होंने कहा कि स्टूडेंट्स उन्होंने एक बहुत इंपॉर्टेंट एसेट आ बहुत इंपॉर्टेंट पार्ट आ उन्होंने इकोनमी का बट फिर भी जी उन्होंने लालच में छड़ के जिहड़े पहलू उत्थे गए हुए थे उन्होंने सपोर्ट की सो जरूर तुसी भी जी तुहाडे सारे सपने पूरे होणगे बट मैं तो कहना हुंदा कि पॉजिटिविटी आले दुआले अपने फैलाओ क्योंकि कहते हैं जो आप देने उ मिलता वा नेचर तो सो मैं क्योंकि काफ़ी बच्चे जो नवे बच्चे वो डर रहे हैं नैगेटिव ट्रेंड तो जोड़े जो रिव्यूज देख रहे हैं बच्चे जो नैगेटिव कमेंट करते हैं तो बट मैं हर बच्चे जिन्हों का रिजल्ट पेंडिंग उन्होंने भी कहूँगा बेटा पॉजिटिव रहो जिस दिन तुहाडा रिजल्ट आ रहा मैं जरूर तुहानू मिलना चाहूँगा तो मैं बच्चे थोड़े से जो साडे नाल डेली लाइफ विच जुड़ते मैं हजे उन्होंने कहा भी सीगा कि मैं चाहुंदा हां कि तुसीं अपना एक्सपीरियंस शेयर करो डियर कहिंदे ना जे रिजल्ट तुहाडे पेपर दे विच आ गया हर चीज़ कंपनसेट हो जानी है सो नवे बच्चों ने भी मैं कहूँगा डियर अपना लेट ना करो अजे नवे स्टूडेंट मैं फिर दोबारा कहूँगा डीयर एडमिशन से अपना फोकस करो रीजन इज दैट डीयर क्यू के लगना पेगा जेकर मन के धारिया हुआ वा कि कैनेडा जाना चाहते पढ़ के उत्ते सैटल होना चाहते हैं तो मैं होर गल दसदा डीयर स्टूडेंट कई बार कहते उन्हें इन्ना टाइम लाता कैनेडा इदा हो गया डीयर बट अपना समझने की लड़ा कैनेडा साढ़े घर नहीं आया से सू कह कि मेरा भी एडियर किया जो मैं कह रहा कैनेडा किसी को भी घर नहीं कह आया कि तुम मेरी कंट्री अपलाई करो ज ना करो ज कुछ भी आ डीयर वो अपना काम कर रहे हर बंदा अपने कर्म कर रहा डीयर आप अपनी फैसिलिटी ले उत्थे सारे जने जाना चाहते हैं तुम तो असं भी उन्होंने फैसिलिटी ले तुहाडी सर्विस दे विच इत्थे बैठे हाँ सो नवे स्टूडेंट्स मैं डीयर एडवाइस आ ते एपी ते तुहानू मैं क्लैरिटी दी एपी सिर्फ एक हौसला उन्होंने बच्चों जो ऑनलाइन पढ़ रहे तो डेफिनेटली डीयर एक दो परसेंट तो ज़्यादा रिफ्यूजल रेट नहीं है क्योंकि कई बच्चे जो पासपोर्ट अपलाई से नहीं तुम आप देखे होना जो पिछले छे महीने तो लाइव हो रहे हैं तो बच्चे तुहाडे कोल रो डेली नवे आते हैं डीयर जो रिजल्ट आ जाता वो फिर नवे प्लेटफॉर्म से चल जाते हैं जेडे भी उन्होंने होंगे क्योंकि इस वेल्ले तो जो साडे स्टडी वीज़ नाल रिलेटेड प्लेटफॉर्म आ तो उही आए बच्चे है जो रिजल्ट की वेट कर रहे तो डेफिनेटली डीयर तुहाडे भी जो रिजल्ट छेती तो छेती आएंगे तो मैं तो कहूँगा जरूर सांझे करते रहा करो मैं हमेशा स्टूडेंट को कहना पॉजिटिविटी पॉजिटिव रिजल्ट भी जेकर आए नहीं कि छड्ड जाना प्लेटफॉर्म जरूर साझा करो क्योंकि तुहाडे उस पॉजिटिविटी फैलाउण नाल जिहड़े होर बच्चे वेट कर रहे उन्होंने बहुत हौसला मिलता तो एक मैं स्टूडेंट को होर बहुत कहना कि अज की डेट ना काफ़ी मार्केट पासपोर्ट्स AIPs दिखाई जा रही तो डीयर मैं तो कहना डजेंट मैटर वो हैगी नहीं हैगी फर्क पैंता किसी तरह का भी ट्रेंड वेदी वेट ना करो सिर्फ अपना कर्म करो अपनी क्यू के लगो अपनी फाइल से फोकस रखो ये नहीं कि रिफ्यूजल आ रही है यार अब मेरा की बनूंगा जो इदा बिल्कुल भी इदा ना करो डीयर हूँ बच्चे अजक व्हाट्सएप से सू एक शेयर कर रहे स्क्रीन मैंने नहीं पता डीयर कि चीज़ा कि ओथेंटिकेट है बट जो ओथेंटिकेट हों जरूर करा बच्चों एक चीज़ा कहते उन्होंने GCE पोर्टल से एक लिंक आ रहा लाइन लिखी आ रही कि उन्होंने बच्चों ने डिफरेंट सोशल मीडिया के उन्होंने खिलाफ बोलिया दैट्स वे असं तुहाडी एप्लीकेशन डिसमिस कर रहे आई हैव नो आइडिया बट डीयर मैं दसना चाहूँगा कि ये चीज़ा भी हूँ मार्केट के आनियाँ शुरू हो गई तो चीज़ा हो भी सकती मैं अगे भी कह रहा कि जो एम्बैसी वाले होंगे शायद यही वीडियो जी मैं थोड़े ना बोल रहा सुन रहे क्योंकि मैं एक वैबीनार अटेंड किया तो उन्होंने बच्चे साढ़े एक नामवर एजेंट्स जोड़े कि फेक चीज़ों प्रमोट कर रहे थे डीयर उन्होंने पॉइंट आउट करके दसाया कि साड़ी पूरी अख है तो असं इन्हें स्ट्रिक्ट एक्शन लिया उन्होंने लिया भी सो मैं नाम नहीं लूँगा ज़्यादा डीप तो मैंने ये चीज़ पक्का पता वो सोशल मीडिया से भी एक्टिवस रेंगे की ट्रेंड देख रहे किड़े किड़े एजेंट्स प्रमोट कर रहे हैं चीज़ा ज कुछ भी उन्होंने खिलाफ बोलिया जा रहा सो डीयर ये चीज़ा सोच समझ के आपको कोई भी एक्शन लेना क्योंकि मैं चाहता आप रिजल्ट पॉजिटिव लेना सारे का थोड़ा लेट आ जाए डजन मैटर तो नवे बच्चे मैं तुम्हें एक होर कहूँगा डीयर यहाँ हो ट्रेंड की वेट करते करते ये जो बच्चे सारे क्यू के लगे हुए डीयर ये तो अपना कर्म कर चुके इन्हों का लेट सवेर वीजा आ ही जाना तो इन्होंने चले ही जाना कि ना हो जो नवे बच्चे आते ट्रेंड की वेट करते कहीं लेट हो जाए कि उन्होंने स्टडी के गैप पिया वा उन्होंने कहीं जस्टिफाई करना कहीं औखा हो जाए क्योंकि यह चीज़ तो बिल्कुल डेफिनेटली स्पैशली 2020 वाले पासपोर्ट जो बच्चा जो हूँ फाइल लाता तो डेफिनेटली यार वीज़ा के चांसिस बहुत ज़्यादा हाई हो जाते हैं क्योंकि उन्होंने को ऑप्शन भी होंगे क्योंकि मेन टेक नीयर टू फुल ही आ बहुत रेयर चांस है कि तुम मेन टेक सीट मिल सके हाँ बहुत घट कॉलेज जो हजे भी दे रहे हैं तो सितंबर भी डीयर बहुत तेजी ना भर रहा तो जेकर तुम जाना चाहते हो तो डीयर जल्दी तो जल्दी अपलाई करो नहीं तो बहुत औखा हो जाएगा नवे स्टूडेंट्स से कहते ना हो ट्रेंड की वेट करते करते तुम ये अपने कैनेडा जाने के सपने के आप थोड़ा जहा औखा कर लिए तो जे बच्चे की फाइल अपलाई हुई उन्होंने भी कहूँगा डीयर पॉजिटिव रहो पॉजिटिविटी स्प्रैड करो अपने ना कहते ना जो आप नेचर देंगे तो नेचर सानू वही चीज़ा देंदियाँ तो डीयर डेफिनेटली रिजल्ट आ ही जाना सारे का सो सबर करके थोड़ा जहा पेशेंस रख के करो तो नवे बच्चे भी नाल दी नाल अपलाई करके क्यू के लगन ता कि उन्होंने कैनेडा जाने का सपना पूरा हो किसी तरह की इन फ्यूचर के अड़चन ना सके सो हूँ मैं थोड़े तो डीयर इजाजत लाऊंगा तुहानू कोई भी डाउट हैगा वा तुसी साडे इसे डिस्प्ले हुंदे नंबर 85578 नंबर ते कॉल करके साडे नाल कॉन्टैक्ट कर सकते हैं तो मैं हर बच्चे नूं कहूँगा
ਸਾਡਾ ਆਫੀਸ਼ੀਅਲ ਪਿਨੈਕਲ ਦਾ ਪੇਜ ਵੀ ਲਾਈਕ ਕਰੋ, ਸਾਡਾ ਵਟਸਐਪ ਨੰਬਰ ਸੇਵ ਕਰੋ ਤਾਂ ਆਪਣਾ ਨਾਮ ਭੇਜੋ ਸਾਨੂੰ ਤਾਂ ਕਿ ਅਸੀਂ ਵੀ ਤੁਹਾਡਾ ਨੰਬਰ ਸੇਵ ਕਰ ਸਕੀਏ, ਤਾਂ ਹੀ ਤੁਸੀਂ ਸਾਡੇ ਵਟਸਐਪ 'ਤੇ ਜਿਹੜੇ ਪ੍ਰਮੋਸ਼ਨਲ ਮੈਸੇਜਸ ਹੁੰਦੇ ਆ ਜਾਂ ਸਾਡੇ ਅੱਜ ਦੇ ਰਿਗਾਰਡਿੰਗ ਹੁੰਦੇ ਆ ਕਿ ਜਿਹੜੇ ਅਸੀਂ ਵਕੈਬਲਰੀ ਸਾਡੀ ਟੀਮ ਸ਼ੇਅਰ ਕਰਦੀ ਰਹਿੰਦੀ ਜੋ ਕਿ ਤੁਹਾਡੇ ਲਈ ਬਹੁਤ ਬੈਨੀਫਿਟ ਹੋਊਗੀ ਲੌਂਗ ਰਨ ਦੇ ਵਿੱਚ, ਅਤੇ ਤੁਸੀਂ ਉਹਦੇ ਤੋਂ ਅਪਡੇਟ ਰਹਿ ਸਕੋਗੇ। ਸੋ ਸਾਡਾ ਨੰਬਰ ਅਤੇ ਸਾਡਾ ਪਿਨੈਕਲ ਦਾ ਫੇਸਬੁੱਕ ਪੇਜ ਵੀ ਲਾਈਕ ਕਰੋ, ਅਤੇ ਮੈਂ ਚਾਹੂੰਗਾ ਕਿ ਜੇਕਰ ਤੁਸੀਂ ਸਾਡੀਆਂ ਸਰਵਿਸਿਜ਼ ਲੈਣੀਆਂ ਚਾਹੁੰਦੀਆਂ ਤਾਂ ਸਾਡੇ ਡਿਸਪਲੇ ਹੁੰਦੇ ਨੰਬਰ 'ਤੇ ਕਾਲ ਕਰਕੇ ਤੁਸੀਂ ਸਾਡੀਆਂ ਸਰਵਿਸਿਜ਼ ਲੈ ਸਕਦੀਆਂ, ਅਤੇ ਅਸੀਂ ਮੈਂ ਟਰਾਈ ਕਰੂੰਗਾ 100% ਪਰਮਾਤਮਾ ਦੀ ਕਿਰਪਾ ਨਾਲ ਕਿ ਤੁਹਾਨੂੰ ਸੈਟਿਸਫਾਈਡ ਰਿਜ਼ਲਟ, ਪੋਜ਼ੀਟਿਵ ਰਿਜ਼ਲਟ ਵੱਧ ਤੋਂ ਵੱਧ ਤੁਹਾਨੂੰ ਅਸੀਂ ਦਵਾ ਸਕੀਏ। ਸਤਿ ਸ਼੍ਰੀ ਅਕਾਲ।